ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਮੂਹ ਖਾਲਸਾ ਪੰਥ, ਸਤਿਕਾਰਯੋਗ ਸਾਧ ਸੰਗਤ ਜੀ, ਕੁਛ ਦਿਨ ਪਹਿਲਾਂ ਅਸੀਂ ਜਿਹੜੀ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੈ, ਜਿਹਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਪੰਜਾਬ ਦੇ ਵਿੱਚ ਭੇਜਿਆ, ਉਹਨਾਂ ਨੇ ਪਹਿਲਾਂ ਆ ਕੇ ਕੈਥਲ, ਜੀਂਦ, ਕਪੂਰੀ ਇਹਨਾਂ ਨੂੰ ਫਤਿਹ ਕਰਨ ਤੋਂ ਬਾਅਦ ਸਧੌਰਾ ਫਤਿਹ ਕੀਤਾ। ਜਦੋਂ ਸਧੌਰਾ ਫਤਿਹ ਕੀਤਾ, ਸਧੌਰੇ ਦੇ ਕਿਲੇ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਠਹਿਰਾਓ ਕੀਤਾ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦਾ ਜੰਗ ਲੜਿਆ ਸੀ। ਇਹ ਜਿਹੜਾ ਚੱਪੜਚਿੜੀ ਦਾ ਜੰਗ ਹੈ, ਇਹ ਸਰਹੰਦ ਤੋਂ 10-12 ਕੋਹ ਦੀ ਦੂਰੀ 'ਤੇ ਸੀਗਾ। ਜਦੋਂ ਉਹਨਾਂ ਨੇ ਚੱਪੜਚਿੜੀ ਦਾ ਜੰਗ ਜਿੱਤ ਲਿਆ, ਵਜੀਦ ਖਾਨ ਨੂੰ ਸਜ਼ਾ ਦੇ ਦਿੱਤੀ, ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਖਾਲਸਾ ਰਾਜ ਦੀ ਆਪਣੀ ਇੱਕ ਰਾਜਧਾਨੀ ਬਣਾਉਣ ਦੀ ਸੋਚੀ। ਉਹਨਾਂ ਨੇ ਜਦੋਂ ਸਧੌਰੇ ਗਏ ਤਾਂ ਸਧੌਰੇ ਦੇ ਲਾਗ ਇੱਕ ਥੋੜ੍ਹੀ ਦੂਰ, ਸਧੌਰੇ ਤੋਂ 10-12 ਕੋਹ ਦੀ ਦੂਰੀ 'ਤੇ ਇੱਕ ਪਹਾੜ ਦੇ ਵਿੱਚ ਬਹੁਤ ਉੱਚੀ ਥਾਂ 'ਤੇ ਕਿਲਾ ਸੀਗਾ, ਜਿਹਦਾ ਨਾਂ ਸੀ ਮੁਗਲਾਂ ਨੇ ਰੱਖਿਆ ਹੋਇਆ ਮੁਖਲਿਸਗੜ੍ਹ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਉਹ ਕਿਲਾ ਮੁਖਲਿਸਗੜ੍ਹ ਜਿੱਤ ਕੇ ਉਹ ਦੇਖਿਆ, ਕਿਉਂਕਿ ਉਹ ਜਿਹੜਾ ਮੁਖਲਿਸਗੜ੍ਹ ਕਿਲਾ ਹੈ ਉਹ ਇੰਨੀ ਵਧੀਆ ਪਹਾੜੀ ਦੇ ਇੰਨੀ ਉਚਾਈ 'ਤੇ ਸਥਿਤ ਹੈ, ਉੱਥੋਂ ਬੜੀ ਦੂਰ ਤੱਕ 20-25 ਕੋਹ ਦੂਰ ਤੱਕ ਬਿਲਕੁਲ ਸਾਫ਼ ਦਿਖਾਈ ਦਿੰਦਾ ਸੀਗਾ। ਉਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਮਝਿਆ ਵੀ ਇਹ ਜਿਹੜੀ ਜਗ੍ਹਾ ਹੈ, ਇਹ ਖਾਲਸਾ ਰਾਜ ਦੀ ਰਾਜਧਾਨੀ ਬਣਾਉਣ ਵਾਸਤੇ ਬਹੁਤ ਹੀ ਢੁੱਕਵੀਂ ਥਾਂ ਹੈ। ਉਹਨਾਂ ਨੇ ਫਿਰ ਉਸ ਕਿਲੇ ਨੂੰ ਜਿੱਤਣ ਤੋਂ ਬਾਅਦ ਉਹਦਾ ਨਾਂ ਰੱਖਿਆ ਲੋਹਗੜ੍ਹ ਕਿਲਾ। ਸਤਿਕਾਰਯੋਗ ਸਾਧ ਸੰਗਤ ਜੀ, ਇਹ ਜਿਹੜਾ ਲੋਹਗੜ੍ਹ ਕਿਲਾ ਹੈ, ਇਹ ਜਮੁਨਾਨਗਰ ਤੋਂ 50 ਕਿਲੋਮੀਟਰ ਦੂਰ ਹੈ ਅਤੇ ਸਧੌਰੇ ਤੋਂ 10-12 ਕੋਹ ਦੂਰ ਜਿਹੜਾ ਇਹ ਕਿਲਾ ਹੈ, ਬਹੁਤ ਉੱਚੀ ਪਹਾੜੀ ਦੇ ਉੱਤੇ। ਅੱਜ ਕੱਲ੍ਹ ਇਹ ਹਰਿਆਣੇ ਦੀ ਬਿਲਕੁਲ ਸਰਹੱਦ ਦੇ ਉੱਤੇ ਔਰ ਹਿਮਾਚਲ ਦੇ ਵਿੱਚ ਸਥਿਤ ਹੈ ਇਹ ਜਿਹੜਾ ਪਹਾੜ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਅਸੀਂ ਆਪਣਾ ਇੱਕ ਫਰਜ਼ ਸਮਝਿਆ ਇੱਦਾਂ ਦੀਆਂ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਇਹ ਨਿਸ਼ਾਨੀ ਸੀਗੀ, ਕਿਉਂਕਿ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਸੀਗੀ, ਇਹ ਖਾਲਸੇ ਵਾਸਤੇ ਔਰ ਸਿੱਖਾਂ ਵਾਸਤੇ ਔਰ ਹਿੰਦੁਸਤਾਨ ਦੇ ਲੋਕਾਂ ਵਾਸਤੇ, ਜਿਨ੍ਹਾਂ ਨੇ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸੀਗੀਆਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ, ਇਹ ਜਿਹੜੀ ਰਾਜਧਾਨੀ ਹੈ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਜਿਹੜੀ ਲੋਹਗੜ੍ਹ ਹੈ, ਇਹਦੇ ਬਾਰੇ ਚਾਨਣਾ ਪਾਉਣਾ ਸਾਡੇ ਵਾਸਤੇ ਔਰ ਸਾਰੇ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਸੀਗਾ, ਕਿਉਂਕਿ ਇਹ ਬਹੁਤਿਆਂ ਲੋਕਾਂ ਨੂੰ, ਬਹੁਤ ਹੀ ਜਿਹੜੀ ਸਾਧ ਸੰਗਤ ਹੈ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ, ਇਸ ਜਗ੍ਹਾ ਦਾ ਪਤਾ ਨਹੀਂ ਹੈਗਾ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਾਡਾ ਇਹ ਫਰਜ਼ ਬਣਦਾ ਹੈ ਅੱਜ ਦੇ ਜਿਹੜੇ ਆਹ ਦਿਨ ਹੈ, ਆਹ ਜਿਹੜਾ ਸਮਝ ਲਓ ਹਫ਼ਤਾ ਜਾਂ ਮਹੀਨਾ ਹੀ ਲਾ ਲਓ, ਮਈ ਮਹੀਨਾ, ਇਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਫੈਸਲਾਕੁੰਨ ਲੜਾਈ ਲੜੀ ਸੀ, ਜਿਹਦੇ ਨਾਲ ਖਾਲਸਾ ਪੰਥ ਦੀ ਜਿਹੜੀ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਔਰ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦਾ ਬਦਲਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਸੀ। ਹੁਣ ਫਤਿਹ ਮਾਰਚ ਵੀ ਬੜੇ ਚੱਲਦੇ ਨੇ, ਜਿੱਦਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਬਹੁਤ ਜਿਹੜੀ ਸਿੱਖ ਸੰਗਤਾਂ ਹੈ ਉਹ ਸਰਹੰਦ ਦੀ ਫਤਿਹ ਦੇ ਜਸ਼ਨ ਮਨਾਉਂਦੇ ਆ ਵੀ ਅਸੀਂ ਜਿਹੜਾ ਇਹ ਸਰਹੰਦ ਨੂੰ ਫਤਿਹ ਕਰਿਆ ਸੀਗਾ, ਇਹਦੇ ਵਾਸਤੇ ਅਸੀਂ ਵੀ ਆਪਣਾ ਫਰਜ਼ ਸਮਝਿਆ ਵੀ ਇਹ ਜਿਹੜਾ ਕਿਲ੍ਹਾ ਲੋਹਗੜ੍ਹ ਹੈ ਉਹਦਾ ਜਿਹੜਾ ਵੀਡੀਓਗ੍ਰਾਫੀ ਕਰਕੇ ਉਹ ਸਾਧ ਸੰਗਤ ਨੂੰ 1 ਜਾਂ 2 ਦਿਨ ਦੇ ਵਿੱਚ ਇਹ ਜਿਹੜੀ ਹੈ ਇਹ ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਗ ਤੇਗ ਫਤਿਹ ਜਿਹੜਾ ਸਾਡਾ ਚੈਨਲ ਹੈ, ਦੇਗ ਤੇਗ ਫਤਿਹ ਜਿਹੜਾ ਸਾਡਾ ਹੈਰੀਟੇਜ ਗਰੁੱਪ ਹੈ, ਉਹਦੇ ਬੈਨਰ ਥੱਲੇ ਅਸੀਂ ਬਣਾ ਕੇ ਸਾਧ ਸੰਗਤ ਦੇ ਹਜ਼ੂਰ ਪੇਸ਼ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।